أعوذ بالله من الشيطان الرجيم. بسم الله الرحمن الرحيم. السلام علیکم دوستو، امید ہے سب دوست، سب بھائی، سب ویور خیریت نال ہو دے. ماشاءاللہ ماشاءاللہ، اللہ پاک نگاواں دی زندگی کرے، اللہ پاک انہاں دے سال لمے کرے. دوستو، ਉਹਨੇ ਇੱਕ ਦੋਸਤ ਇੱਕ ਭਾਈ ਜੇ ਕੋਈ ਤਸਵੀਰਾਂ ਵੀਡੀਓ ਮੰਗਵਾਈਆਂ ਸਨ ਹਾਈ ਸਾਹਿਬ ਨੂੰ ਕਹਿ ਕੇ, ਹਾਈ ਸਾਹਿਬ ਕਿ ਹੁਣ ਤਾਜ਼ੀਆਂ ਕੋਈ ਤਸਵੀਰਾਂ ਵੀਡੀਓ ਗਾਵਾਂ ਦੀਆਂ ਭੇਜੋ, ਕਿਉਂਕਿ ਦਿਨ ਬ ਦਿਨ ਗਾਵਾਂ ਤਿਆਰ ਹੋ ਰਹੀਆਂ ਨੇ, ਆਪਣੀ ਤਿਆਰੀ ਫੜ ਰਹੀਆਂ ਨੇ. ਮਾਸ਼ਾਅੱਲਾ ਦੇਖੋ ਦੋਸਤੋ, ਇਹ ਲਾਖੀ ਗਾਵਾਂ ਹੈ ਅਤੇ ਮਾਸ਼ਾਅੱਲਾ ਮਾਸ਼ਾਅੱਲਾ ਤਿਆਰੀ ਕਰਦੀ ਫਿਰਦੀ. ਅੱਲਾਹ ਪਾਕ ਇਹਦੇ ਸਾਹ ਲੰਮੇ ਕਰੇ ਜੀ, ਅੱਲਾਹ ਪਾਕ ਇਹਦੀ ਜ਼ਿੰਦਗੀ ਦੇ, ਅੱਲਾਹ ਪਾਕ ਨਸੀਬ ਕਰੇ ਜਿਹੜਾ ਲੈ ਜੇ ਜੀ, ਚੋਣੀ ਪੀਣੀ ਚੁਗਣੀ ਜੀ. ਮਾਸ਼ਾਅੱਲਾ ਜੀ, ਬਹੁਤ ਸੋਹਣਾ ਜਾਨਵਰ ਹੈ ਅੱਲਾਹ ਪਾਕ ਦੇ ਸਾਲ. ਅਤੇ ਕ੍ਰਾਸ ਗਾਂ ਵਿੱਚ ਹਾਈ ਲੈਵਲ ਦੀ ਗਾਂ ਹੈ, ਥਣ ਚੱਡਾ ਰੰਗ. ਬਾਕੀ ਦੋਸਤੋ ਤੁਹਾਡੇ ਸਾਹਮਣੇ ਨਸਲ ਇਨਸ਼ਾਅੱਲਾ ਇਨਸ਼ਾਅੱਲਾ ਜਿੰਨਾ ਕੁ ਵਧਣ ਨੇ, ਜਿਵੇਂ ਸਾਈਆਂ ਦੀ ਗੱਲਾਂ ਨੇ. ਦੋਸਤੋ ਅਸੀਂ ਜ਼ਿਆਦਾ ਗੱਲਾਂ ਨਹੀਂ ਕਰਦੇ ਕਿ ਪਿਛਲੇ ਇੰਝ ਆਖਿਆ ਸੀ, ਪਿਛਲੇ ਇੰਝ ਆਖਿਆ ਸੀ. ਜਾਨਵਰ ਦਿਸਦਾ ਹੁੰਦਾ ਅਤੇ ਜਾਨਵਰ ਗੱਲਾਂ ਕਈ ਵਾਰੀ ਆਪ ਕਰਦਾ. ਮਾਸ਼ਾਅੱਲਾ ਜੀ ਇਨਸ਼ਾਅੱਲਾ ਗਾਂ ਆਪਣਾ ਆਪ ਦੱਸਦੀ ਰਹੇ ਜੀ. ਅਤੇ ਜਦੋਂ ਸੂਈ ਫਿਰ ਵੀ ਗਾਂ ਦੱਸੇ ਜੀ ਦੁੱਧ ਦੇ ਵੀ ਕਿ ਮੈਂ ਕਿਸੇ ਗਾਂ ਦਾ ਬੱਚਾ. ਅਤੇ ਦੋਸਤੋ ਇਹਦੀ ਕੀਮਤ ਜਿਹੜੀ ਹੈ 2,70,000 ਰੁਪਇਆ. ਦੂਜਾ ਸੂਆ ਇਹਨੇ ਸੁਣਿਆ ਕ੍ਰਾਸ ਬੈਡ ਹੈ. ਮਾਸ਼ਾਅੱਲਾ ਲਾਏ ਪਈ, ਤਿਆਰੀ ਕਰਦੀ ਫਿਰਦੀ, ਥਣ ਚੰਗਾ ਸੂ, ਲਿਬਾਸ ਚੰਗਾ ਸੂ. ਬਾਕੀ ਤੁਹਾਡੇ ਸਾਹਮਣੇ ਦੇਖੋ ਸੋਹਣਾ ਜਾਨਵਰ. ਇੱਕ ਹੈ ਵੈੜ ਦੋਸਤੋ ਦੂਜਣ. ਇਹਨੇ ਵੀ ਸੋਹਣੇ ਵਾਲੀ ਦੋਸਤੋ ਤਕਰੀਬਨ ਇਹ ਵੀ 10-12 ਦਿਨ ਇਹਨੇ ਵੀ ਲੈ ਜਾਣੇ. ਇਹ ਵੀ ਤਿਆਰੀ ਕਰਦੀ ਪਈ, ਵੱਡੀਆਂ ਗਾਵਾਂ ਦੋਸਤੋ. ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਲਾਹ ਪਾਕ ਇਹਨਾਂ ਦੀ ਜ਼ਿੰਦਗੀ ਕਰੇ ਜੀ. ਅਤੇ ਇਨਸ਼ਾਅੱਲਾ ਲੇਹ ਲਾ ਦੇਣ ਦੀਆਂ ਦੁੱਧਾਂ ਦੇ ਵੀ, ਚੱਡਿਆਂ ਦੇ ਵੀ. ਗਾਂ ਤਾਂ ਅੱਜ ਮਾਸ਼ਾਅੱਲਾ ਦੋਸਤੋ ਚੱਡਾ ਭਰੇ ਆ, ਤਿਆਰੀ ਕਰਦੀ ਫਿਰਦੀ ਜੀ. ਮਾਸ਼ਾਅੱਲਾ ਜੀ ਇਹ ਹੁਣੇ ਕੁਝ ਦੇਰ ਪਹਿਲੇ ਮੁਦੱਸਰ ਭਾਈ ਨੇ ਉਹਨਾਂ ਕਿਹਾ ਕਿ ਯਾਰ ਇਹ ਤਸਵੀਰ ਹੈ ਅਤੇ ਜੀ ਕੋਈ ਵੀਡੀਓ ਤਸਵੀਰਾਂ ਮੰਗਵਾ ਦਿਓ ਹਾਈ ਸਾਹਿਬ. ਮੈਂ ਕਿਹਾ ਹਾਈ ਸਾਹਿਬ ਨਾਲ ਗੱਲ ਕਰੋ ਜੀ, ਭੇਜ ਦੇਣ 'ਤੇ. ਮੈਂ ਕਿਹਾ ਚਲੋ ਨੈੱਟ 'ਤੇ ਵੀ ਲਾ ਦਈਏ, ਦੂਜੇ ਦੋਸਤ ਵੀ ਦੇਖ ਲੈਣ. ਦੋਸਤੋ ਇਸ ਗਾਂ ਦੀ ਕੀਮਤ 4,00,000 ਰੁਪਇਆ. ਸਾਡੀ ਜਿਹੜੀ ਲੋਕੇਸ਼ਨ ਹੈ ਜ਼ਿਲ੍ਹਾ ਸਰਗੋਧਾ ਹੈ, ਥਾਣਾ ਜਾਵਰੀਆਂ. ਇਹ ਗਾਂ ਵੀ ਸੋਹਣ ਵਾਲੀ ਹੈ, ਦੂਜਾ ਸੂਬਾ ਇਹਨੇ ਸੋਹਣਾ ਦੋਸਤੋ, ਹਾਲੇ ਤਕਰੀਬਨ 10-12 ਦਿਨ ਲੈ ਜਾ ਜੀ. ਮਾਸ਼ਾਅੱਲਾ ਜੀ ਅੱਲਾਹ ਪਾਕ ਇਹਨਾਂ ਦੇ ਸਾਲ ਲੰਮੇ ਕਰੇ ਜੀ, ਅੱਲਾਹ ਪਾਕ ਜ਼ਿੰਦਗੀ ਦੇ ਜੀ ਲੈਣੇ ਦੇਣੇ ਵਾਲਿਆਂ ਨੂੰ ਜੀ. ਇਹ ਦੋਸਤੋ ਗਾਵਾਂ ਹਾਈ ਸਾਹਿਬ ਕੋਲ ਖੜੀਆਂ ਨੇ, ਬੇਰਾ ਇੰਟਰਚੇਂਜ, ਸਾਲਮ ਇੰਟਰਚੇਂਜ ਅਤੇ ਨਜ਼ਦੀਕ ਹੀ ਹਾਈ ਸਾਹਿਬ ਦਾ ਡੇਰਾ ਹੈ, ਫਾਰਮ ਹੈ. ਮਾਸ਼ਾਅੱਲਾ ਜੀ ਵੱਧ ਤੋਂ ਵੱਧ ਜਾਨਵਰ ਖੜ੍ਹਾ ਜੀ, ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ ਹੈ ਜੀ, ਅਲਹਮਦੁਲਿਲਾ. ਇੱਕ ਤੋਂ ਇੱਕ ਵੱਧ ਕੇ ਗਾਂ ਖੜੀ ਹੈ. ਮਾਸ਼ਾਅੱਲਾ ਜੀ ਥਣ ਵੀ ਗਾਂ ਕੋਲ ਚੰਗਾ ਹੈ, ਚੱਡਾ ਵੀ, ਰੰਗ ਵੀ, ਬਾਡੀ ਵੱਡੀ ਗਾਂ ਹੈ. ਮਾਸ਼ਾਅੱਲਾ ਦੂਜੀਆਂ ਨਾਲ ਗਾਵਾਂ ਕੁਝ ਹੈ ਨੇ ਵਿੱਚ, ਪਤਾ ਲੱਗ ਜਾਂਦਾ ਦੇਸੋ ਜੇ ਤਾਂ ਗਾਵਾਂ ਇਕੱਠੀਆਂ ਹੁੰਦੀਆਂ ਨੇ ਕਿ ਕਿਹੜੀ ਵੱਧ ਹੈ ਕਿਹੜੀ ਘੱਟ ਹੈ. ਅਲਹਮਦੁਲਿਲਾ ਜੀ. ਦੋਸਤੋ ਕਿਸੇ ਦੋਸਤ ਕਿਸੇ ਭਾਈ ਨੂੰ ਕੋਈ ਜਾਨਵਰ ਪਸੰਦ ਹੋਵੇ, ਕੋਈ ਲੈਣਾ ਚਾਹੁੰਦਾ ਹੋਵੇ, ਵਟਸਐਪ ਈਮੋ ਨੰਬਰ ਦਿੱਤੇ ਹੁੰਦੇ ਡਿਸਕ੍ਰਿਪਸ਼ਨ ਵਿੱਚ ਸਕਰੀਨ 'ਤੇ, ਰਾਬਤਾ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਹਾਈ ਸਾਹਿਬ ਨੂੰ ਵੀ. ਮਾਸ਼ਾਅੱਲਾ ਜੀ ਕਾਫੀ ਦੋਸਤ ਕਹਿੰਦੇ ਨੇ ਮੱਝਾਂ ਨਹੀਂ ਲੈ ਕੇ ਆਉਂਦੇ. ਦੋਸਤੋ ਸਾਨੂੰ ਸ਼ੌਕ ਜ਼ਿਆਦਾਤਰ ਗਾਵਾਂ ਦਾ. ਸਾਡੇ ਨਾਲ ਨੇ ਚਾਚੇ ਸ਼ੇਰ ਸਾਹਿਬ, ਉਹਨਾਂ ਨੂੰ ਹੈ ਮੱਝਾਂ ਦਾ ਸ਼ੌਕ, ਕਦੀ ਕਦਾ ਲੈਂਦੇ ਰਹਿੰਦੇ ਨੇ, ਕੋਈ ਚੰਗੀ ਮੱਝ ਵੀ ਲੈ ਲੈਂਦੇ ਨੇ, ਉਂਝ ਵੀ ਉਹ ਆਪਣੇ ਡੇਰੇ 'ਤੇ ਵੀ ਰੱਖ ਕੇ ਵੇਚਦੇ ਰਹਿੰਦੇ ਨੇ. ਸਾਡਾ ਜ਼ਿਆਦਾ ਜਿਹੜੀ ਨਾ ਸ਼ੌਕੀਨ, ਦੇਖੋ ਸ਼ੌਕ ਨਾਲ ਇਹ ਗੱਲਾਂ ਦੀ, ਸਾਡਾ ਸ਼ੌਕ ਗਾਵਾਂ ਦਾ. ਅਤੇ ਗਾਂ ਜਿੱਡੀ ਚੰਗੀ ਹੋਵੇ ਇਨਸ਼ਾਅੱਲਾ ਲੈ ਲੈਂਦੇ ਹਾਂ ਜੀ, ਇਨਸ਼ਾਅੱਲਾ ਲੈਂਦਿਆਂ ਰਹਿਣਾ. ਆਪ ਵੀ ਰੱਖੀਆਂ ਨੇ ਅਤੇ ਬੰਦਿਆਂ ਨੂੰ ਵੀ ਤੋਹਫੇ ਦਿੰਦੇ ਰਹਿੰਦੇ ਹਾਂ, ਇਨਸ਼ਾਅੱਲਾ ਦਿੰਦਿਆਂ ਰਹਿਣਾ. ਮਾਸ਼ਾਅੱਲਾ ਜੀ ਅੱਲਾਹ ਪਾਕ ਦੀ ਜ਼ਿੰਦਗੀ ਕਰੇ, ਅੱਲਾਹ ਪਾਕ ਦੇ ਸਾਹ ਲੰਮੇ ਕਰੇ ਜੀ. ਦੋਸਤੋ ਗੋਰੀ ਵੈੜ ਸੀ ਪਹਿਲਾਂ, ਤੁਸੀਂ ਦੇਖੀ ਹੋਣੀ. ਮਾਸ਼ਾਅੱਲਾ ਬੜੀ ਪਿਆਰੀ ਵੱਛੀ ਦਿੱਤੀ ਸੀ ਦੋਸਤੋ, ਵੱਛੀ ਵੀ ਤੁਹਾਨੂੰ ਦਿਖਾਉਂਦੇ ਹਾਂ, ਜਰਸੀ ਕ੍ਰਾਸ ਹੈ ਵੱਛੀ. ਮਾਸ਼ਾਅੱਲਾ ਬਹੁਤ ਪਿਆਰੀ ਵੱਛੀ ਦਿੱਤੀ ਸੀ. ਮਾਸ਼ਾਅੱਲਾ ਜੀ ਅਲਹਮਦੁਲਿਲਾ ਅਲਹਮਦੁਲਿਲਾ, ਖੈਰ ਖੇਰ ਨਸ ਹੋ ਗਈ. ਵੱਛੀ ਬੜੀ ਹੁਸ਼ਿਆਰ ਹੈ ਦੋਸਤੋ, ਮੋਟੋ ਹੈ ਪੂਰੀ,
ਬਹਿਣ ਦੀ ਨਹੀਂ ਪੀ, ਮਾਂ ਨੂੰ ਬਹਿਣ ਹੀ ਨਹੀਂ ਪੀ ਦਿੰਦੀ। ਅੱਗੇ ਮੈਨੂੰ ਵੀਡੀਓ ਟੋਰੀ ਆਈ ਸਾਹਿਬ ਨੇ ਕਿ ਵੈੜੀ ਸੂਹ ਪੀ ਮਾਸ਼ਾਅੱਲਾ, ਉਹ ਫਿਰਦੀ ਤੂੰ ਭੱਜਦੀ ਫਿਰਦੀ, ਚਲੋ ਬਹਿ ਜਾਂਦੀ ਕਿਤੇ। ਮੈਂ ਤਾਂ ਆਖਿਆ ਹੁਣ ਬੰਨੋ ਵੱਛੀ ਨੂੰ ਕਿ ਮਾਂ ਬਵੇ, ਚਲੋ ਜੇਰ ਸ਼ੇਰ ਸੱਟੇ, ਨਾਲੇ ਕੋ ਹੋਲੀ ਕਰੋ ਵੈੜੀ। ਕਹਿੰਦੇ ਅੱਗੇ ਨਹੀਂ, ਇੱਕ ਵਾਰੀ ਹੋਲੀ ਕੀਤੀ ਵੈੜੀ ਸੂਣ ਤੂੰ ਵੀ ਮਾਸ਼ਾਅੱਲਾ, ਤਾਰਾਂ ਕੱਢੀਆਂ ਨੇ ਵੈੜੀ ਦੀਆਂ ਕੁਝ, ਕਿ ਬਵੇ ਸੂਹ ਪਏ, ਬਹਿੰਦੀ ਨਹੀਂ ਸੀ ਵੈੜੀ, ਇਹਨਾਂ ਕੋਲ ਲਿਬਾਸ ਬਣਾਇਆ ਸੀ ਵੈੜ ਨੇ। ਅਤੇ ਮਾਸ਼ਾਅੱਲਾ ਜੀ, ਬੜੀ ਪਿਆਰੀ ਬੱਚੀ ਜੀ, ਅੱਲਾ ਪਾਕ ਦੇ ਸਾਹ ਲੰਮੇ ਕਰੇ ਜੀ। ਅਤੇ ਦੋਸਤੋ, ਪਹਿਲਣ ਵੈੜ ਏ ਚੋਗੀ ਮੂੰਹ ਚੋ ਜਰਸੀ ਸਾਹਿਵਾਲ ਕਰਾਸ ਏ, ਮਾਸ਼ਾਅੱਲਾ ਵੱਛੀ ਦੇਖੋ ਦੋਸਤੋ, ਬਹੁਤ ਪਿਆਰੀ ਵੱਛੀ ਦਿੱਤੀ ਤੂੰ। ਵੇਖੋ ਹੁਣ ਨਸਲ, ਵੇਖੋ ਵੱਛੀ ਦੀ ਕੀ ਨਸਲ ਏ, ਕਿਸ ਰੰਗ ਦੀ, ਕਿਸ ਨਸਲ ਦੀ ਵੱਛੀ ਦਿੱਤੀ ਤੀ ਤੁਹਾਡੇ ਸਾਹਮਣੇ ਦੋਸਤੋ, ਬਹੁਤ ਖੂਬਸੂਰਤ ਅਲਹਮਦੁਲਿਲਾ। ਦੋਸਤੋ ਇਹ ਵੈੜ ਦੀ 2,10,000 ਰੁਪਇਆ ਕੀਮਤ ਏ ਗੋਰੀ ਦੀ, ਪਹਿਲਣ ਵੈੜ ਏ ਚੋਗੀ ਮੂੰਹ ਚੋਵੇ, ਪਹਿਲਾਂ ਸੂਹਾ ਸੂਈ ਮਾਸ਼ਾਅੱਲਾ ਜੀ, ਥਾਣ ਚੱਡਾ ਦੇਖੋ ਸੂ, ਫਿਰ ਵੱਛੀ ਮਾਸ਼ਾਅੱਲਾ ਜੀ, ਹੁਣ ਤਾਂ 2 ਗਾਵਾਂ ਨੇ ਅਲਹਮਦੁਲਿਲਾ, ਅਲਹਮਦੁਲਿਲਾ ਜੀ, ਸੁਮਾ ਅਲਹਮਦੁਲਿਲਾ ਜੀ, ਅੱਲਾ ਪਾਕ ਇਹਨਾਂ ਦੇ ਸਾਹ ਲੰਮੇ ਕਰੇ ਜੀ। ਬਾਕੀ ਦੋਸਤੋ ਸੌਦੇ ਨਸੀਬ ਦੇ ਨੇ, ਲੇਕਿਨ ਵੱਧ ਤੋਂ ਵੱਧ ਜਾਨਵਰ ਅਲਹਮਦੁਲਿਲਾ, ਵੱਛੀ ਪੈਦੀ ਫਿਰਦੀ, ਚਲੋ ਅੱਲਾ ਪਾਕ ਦੀ ਜ਼ਿੰਦਗੀ ਕਰ ਦੋ। ਠੀਕ ਹੈ ਦੋਸਤੋ, ਇਨਸ਼ਾਅੱਲਾ ਮੈਂ ਇਜਾਜ਼ਤ ਚਾਹਾਂਗਾ ਅਗਲੀ ਵੀਡੀਓ ਤੱਕ, ਫਿਰ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਤੁਹਾਡੇ ਨਾਲ। ਗੱਪਸ਼ਪ ਅੱਗੇ ਵੀ ਹੁੰਦੀ ਰਹਿੰਦੀ, ਫਿਰ ਵੀ ਹੁੰਦੀ ਰਹਿਣੀ। ਦੋਸਤੋ ਇੱਕ ਰਿਕੁਐਸਟ ਹੈ ਆਖਰੀ ਛੋਟੀ ਜੀ, ਵੀਡੀਓ ਲਾਈਕ ਕਰ ਛੱਡਿਆ ਕਰੋ, ਹੋ ਸਕੇ ਤਾਂ ਕਮੈਂਟ ਕਰ ਦਿਆ ਕਰੋ ਜੀ, ਤੁਹਾਡਾ ਕੋਈ ਨਹੀਂ ਜਾਂਦਾ, ਸਾਡੀ ਹੌਸਲਾ ਅਫਜ਼ਾਈ ਹੋ ਜਾਂਦੀ ਦੋਸਤੋ, ਕਿ ਵੀਡੀਓ 'ਤੇ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਜਾਨਵਰਾਂ ਦੀ ਨਿਊ ਅਪਡੇਟ, ਨਵੇਂ ਤੋਂ ਨਵੇਂ ਜਾਨਵਰ, ਜਿਵੇਂ ਜਿਵੇਂ ਜਾਨਵਰ ਤਿਆਰ ਹੁੰਦੇ ਨੇ ਫਿਰ ਦਿਖਾਉਂਦੇ ਰਹਿੰਦੇ ਹਾਂ, ਜਾਨਵਰ ਆਉਣ ਤਾਂ ਵੀ ਦਿਖਾਉਂਦੇ ਰਹਿੰਦੇ ਹਾਂ, ਜਾਨਵਰ ਜਾਣ ਤਾਂ ਵੀ, ਸੁਣ ਉੱਥੇ ਪਹੁੰਚਣ ਵੀ, ਅਤੇ ਇਤਨਾ ਤਾਂ ਇੱਕ ਹੱਕ ਬਣਦਾ, ਇੱਕ ਲਾਈਕ ਕਰ ਦਿਆ ਕਰੋ ਯਾਰ, ਮਿਹਰਬਾਨੀ ਤੁਹਾਡੀ ਜੀ, ਬਹੁਤ ਸ਼ੁਕਰੀਆ ਜੀ, ਦੁਆਵਾਂ ਯਾਦ ਰੱਖਿਓ, ਆਪਣਾ ਖਿਆਲ ਰੱਖਿਓ ਜੀ, ਫੀ ਮਾਨਿਲਾ ਜੀ, ਅੱਲਾ ਹਾਫਿਜ਼ ਜੀ।